ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਛਾ ਜੀ, ਸਵੇਰ ਦੇ 6:30 ਦਾ ਟਾਈਮ ਹੋ ਗਿਆ। ਮਾਸ਼ਾਅੱਲਾ, ਸੂਰਜ ਵੀ ਨਿਕਲ ਪਿਆ। ਕੀ ਮੌਲਵੀ ਪੜ੍ਹ ਲਿਆ 11ਵੀਂ ਸ਼ਰੀਫ ਦੇ ਖਤਮ ਵਾਸਤੇ ਪੈਸੇ ਇਕੱਠੇ ਕਰ ਰਹੇ ਤੇ ਅਸੀਂ ਤਾਰ ਟਾਈਮ ਨਾਲ ਹੀ ਕੱਢ ਲਈ ਦੀ। ਇਸ ਟਾਈਮ ਫਿਰ ਮੱਖੀ ਬਹੁਤ ਹੋ ਜਾਂਦੀ ਜਾਨਵਰਾਂ ਨੂੰ ਲੜਦੀ। ਉਤੋਂ ਤੋਂ ਲੁਕਾ ਲਿਆ ਤੂੰ, ਸਾਨੂੰ ਉਸਣ ਕੁਤਰਿਆ, ਤੂੜੀ ਥੱਲੇ ਰਹਿਣ ਦਿੱਤੀ। ਫਿਰ ਖਲ ਪਾ ਦੇਣੇ, ਖਾ ਲੈਂਦੀਆਂ ਰਾਜ ਕੇ। ਇਸ ਟਾਈਮ ਫਿਰ ਜਾਨਵਰਾਂ ਨੂੰ ਅੱਜ ਕੱਲ੍ਹ ਮੌਸਮ ਹੀ ਐਸਾ, ਮੱਖੀ ਲੜਨ ਲੱਗ ਪੈਂਦੀ। ਮਾਣੋ ਨੂੰ ਉੱਥੇ ਬੰਨ ਕੇ ਆਉਂਦੇ, ਕਿਉਂ ਪੱਠਿਆਂ ਤੇ ਫਿਰ ਘੱਟ ਖਾਂਦੀ, ਉੱਥੋਂ ਘਾਹ ਹੀ ਜ਼ਿਆਦਾ ਪੈਲੀ ਚੋਂ ਖਾਂਦੀ। ਮਾਸ਼ਾਅੱਲਾ, ਬਾਜਰੇ ਨੂੰ ਖਾਦ ਪਾ ਕੇ ਪਾਣੀ ਲਾਇਆ ਸਣ ਕਿ ਅੱਜ ਕਿ ਮੌਸਮ ਹੁਣ ਜਿਹੜਾ ਨਾ ਅੱਜ ਬਿਲਕੁਲ ਸਾਫ ਹੈ ਕਿ ਮਾਸ਼ਾਅੱਲਾ, ਕਿਤੇ ਅਸਮਾਨ ਤੇ ਬੱਦਲ ਨਹੀਂ। ਕਿ ਹੁਣ ਮੌਸਮ ਹੁਣ ਜੇ ਇਸ ਤਰ੍ਹਾਂ ਦਾ ਜਿਵੇਂ ਧੁੰਦ ਪਈ ਹੈ ਹਲਕੀ ਹਲਕੀ ਸਵੇਰ ਦੇ ਟਾਈਮ। ਹਾਂਜੀ, ਫਿਰ ਘਰੋਂ ਹੁਣ ਬਾਹਰ ਜਿਹੜਾ ਜਾਨਵਰਾਂ ਦਾ ਕੰਮ ਸ਼ੁਰੂ ਹੋ ਗਿਆ। ਇਹ ਇਸ ਦਫ਼ਾ ਇਹਨੂੰ ਬਾਜਰੇ ਨੂੰ ਪਾਦਣੀ, ਵੇਖੋ ਪਿਛਲੀ ਵਾਰੀ ਪਾਈ ਸੀ ਤੇ ਮਾਸ਼ਾਅੱਲਾ ਬਾਜਰਾ ਤੁਰ ਪਿਆ। ਇਹ ਹੋਰ ਦਸਾਂ ਦਿਨਾਂ ਨੂੰ ਬਾਜਰਾ ਹੱਥ ਲਾਉਣ ਵਾਲਾ ਹੋ ਜਾਣਾ। ਨਹੀਂ ਉਹ ਨਹੀਂ ਪਹਿਲਾਂ ਹੋਣਾ, ਪਹਿਲਾਂ ਇਹ ਹੀ ਹੋਣਾ। ਗਾਏ ਨੂੰ ਵੀ ਅੱਗੇ ਅਸੀਂ ਦੋ ਟਾਈਮ ਚਵਾਈ ਕਰਦੇ ਸਾਂ, ਕੱਲ ਦਾ ਅਸਾਂ ਜਿਹੜਾ ਛੁੱਟੀ ਕਰਤੀ ਇੱਕ ਟਾਈਮ ਚ ਲੈਂਦਾ। ਹੁਣ ਜਿਹੜਾ ਚਵਾਈ ਵੀ ਇੱਕ ਟਾਈਮ ਹੋ ਜਾਣੀ ਹੈ, ਚਾਰਾ ਵੀ ਬਣ ਪਿਆ ਤੇ ਖਲ ਵੀ ਪਾਵਾਂਗੇ, ਇਹਨੂੰ ਤੇਲ ਵਗੈਰਾ ਦਿਆਂਗੇ ਇਨਸ਼ਾਅੱਲਾ। ਹੋਰ ਮਹੀਨੇ ਤੱਕ ਗਾਈ ਫਿਰ ਆਪਣੇ ਜੋਬਨ ਚ ਆ ਜਾਏਗੀ। ਹਾਂਜੀ, ਮੌਸਮ ਵੀ ਠੰਡਾ ਹੋ ਗਿਆ ਨਾ। ਸਹੀ ਹੈ ਜੀ, ਧੁੱਪ ਵੀ ਸਹੀ, ਪਰ ਇੰਨੀ ਗਰਮੀ ਨੀ, ਉਹ ਹਿਸਾਬ ਨੀ। ਹੁਣ ਅਸੀਂ ਚੜ ਪੈਣ ਲੱਗਾ ਅੱਜ, ਪਤਾ ਨੀ 12 ਤਰੀਕ ਹੈ। ਹਾਂਜੀ, ਤੇ ਕੱਲ ਨਹੀਂ ਤੇ ਪਰਸੋਂ ਨੂੰ ਅਸੋਂ ਦੀ ਪਹਿਲੀ ਹੋਣੀ ਹੈ। ਬਸ ਵਾਹ ਜੀ ਵਾਹ,
ਮੈਂ ਤੇ ਕਮਰ ਭਾਈ ਇਹਨਾਂ ਦੇ ਨਾਲ ਸਗਨ ਜੀ ਨੂੰ ਕਈ ਕਾਸ਼ਤ ਕਰ ਦਿੱਤੀ। ਪੌਦੇ ਲਾ ਤੇ ਨੇ ਬੇਗਮ ਨੇ, ਐਸ ਖਾਲੀ ਸਾਰੀ ਇਹ ਸਾਰੇ ਉਹ ਤੱਕ ਅੱਛੇ ਛਲੀਆਂ ਰਾਜੋ ਹੁੰਦੀਆਂ। ਹਾਂਜੀ ਖਾਦ ਹੋਰ ਪਈ ਤੇ ਪੱਠੇ ਪੱਠੇ ਹੋ ਜਾਣੇ। ਪਰ ਜਿਹੜਾ ਸਾਡਾ ਸ਼ਤੂਤ ਦਾ ਪੌਦਾ ਚੱਲਿਆ ਨਾ ਜੀ, ਹਾਂਜੀ ਅਗਲੇ ਸਾਲ ਇਹਨੇ ਚੰਗੀ ਭਲੀ ਛਾਂ ਬਣਾ ਦੇਣੀ ਹੋਵੇ। ਇਹੀ ਗੱਲ ਇਹਨੂੰ ਇਸ ਗੁੰਮੀ ਨੂੰ ਥੱਲੇ ਥੱਲੇ ਚੰਗਾਈ ਕਰਨੀ ਹੈ ਜੀ। ਇਹ ਜਿਹੜੀ ਇਹਨਾਂ ਛੱਤਰੀ ਉੱਚੀ ਬਣਾਵੇ, ਨਾ ਇਹਨੇ ਨਹੀਂ ਤਾਂ ਇੱਥੇ ਥੱਲੇ ਖਿਲਰ ਜਾਣਾ। ਇਹ ਥੋੜ੍ਹਾ ਜਿਹਾ ਉੱਚੀ ਜਾ ਕੇ ਛੱਤਰੀ ਬਣਾਵੇ। ਹਾਂ ਬਿਲਕੁਲ। ਅੱਛਾ ਜੀ, ਬਿਸਮਿਲ੍ਲਾਹਿ ਰਹਿਮਾਨੀ ਰਹੀਮ। ਹੋਰ ਕੰਮ ਫਾਈਨਲ ਕੀਤੇ ਨੇ ਤੇ ਇਹ ਜਿਹੜੀ ਇਹ ਨਾ ਜ਼ਾਇਆ ਨਹੀਂ ਕਰਨੀ, ਇਹਦੇ ਉੱਤੇ ਵੱਢ ਕੇ ਕੋਈ ਬੀਜ ਲੈ ਜਾਂਦਾ। ਕਿਉਂ ਖਾਂਦੇ ਜੋ ਨਹੀਂ, ਖਤਮ ਹੀ ਖਤਮ ਨਹੀਂ, ਉਹ ਬੂਟੇ ਖਲੋਤੇ ਰਹਿੰਦੇ। ਕਿੰਨੀ ਹੈ ਜੀ ਬੜੀ, ਸਾਰੇ ਪੌਦੇ ਭਰੇ ਪਏ ਨੇ, ਮਗਰ ਹੁਣ ਇਹਨਾਂ ਨੂੰ ਖਤਮ ਕਰਾਂਗੇ ਅੱਜ। ਇਹਨਾਂ ਨੂੰ ਵੱਢ ਕੇ ਜੇ ਅਸੀਂ ਨਾ ਨਾ ਖਤਮ ਕਰੀਏ, ਸਹੀ ਖਾਣ ਨਹੀਂ ਉਹ ਰੱਖ ਲੈਣੇ ਨੇ ਇਸ ਜਗ੍ਹਾ ਤੇ, ਜਿਹੜਾ ਕਿਤੇ ਵੇਲੇ ਕੋਲੇ ਕੋਈ ਲੈ ਜਾਂਦੇ, ਮੂਲੀਆਂ ਕੋਈ ਪਾਲਕ ਚੀਜ਼ਾਂ ਜਿਹੜੀਆਂ ਨਾ ਇਹ ਤੇ ਲਾਓਗੇ ਨਾ। ਉਹ ਉੱਥੇ ਆਉਂਦੀ ਸਾਂ ਧਨੀਆਂ, ਉਹ ਜਿੱਥੇ ਮਕਈ ਦੇ ਚੋਪੇ ਉੱਗੇ ਨਾ, ਕਿਉਂ ਗਰਮੀ ਹੈ ਹਜੇ ਉਹਦੇ, ਇੱਥੇ ਰੋਜ਼ ਪਾਣੀ ਲੱਗਦਾ ਇੱਥੋਂ ਮੁੱਢੋਂ ਵੱਢ, ਇਹ ਤਾਂ ਪੁੱਟੇ ਜਾਣੇ ਦੇ ਤਵੀ ਚ ਬਲ ਜਾਂਦੇ, ਭਿੰਡੀਆਂ ਦੇ ਬੀਜ ਲਾ ਛੱਡਾਂ ਸਾਫ ਹੋਵੇ ਜੀ ਨਾ। ਬਾਕੀ ਭਿੰਡੀ ਦੀ ਸਬਜ਼ੀ ਬੜੀ ਹੁੰਦੀ ਹੈ ਇੱਥੇ, ਸਾਰੀ ਹੁੰਦੀ ਹੈ ਬੈਂਗਣ ਤੇ ਤਾਂ ਅਸੀਂ ਖਾਂਦੇ ਹੀ ਨਹੀਂ। ਇਹ ਸਹੀ ਕੀਤਾ ਜੇ ਮੁੱਢੋਂ ਪੁੱਟ ਛੜਿਆ ਜੇ ਨਾ, ਇੱਥੇ ਪਾਲਕ ਲਾ ਦਿੰਦੇ ਆ ਤਾਂ ਮੇਥਰੀ ਲਾ ਦਿੰਦੇ ਆ, ਮੇਥਰੀ ਮੂਲੀਆਂ ਲਾ ਦਿੰਦੇ ਆ। ਬਾਗ ਵਿਚ ਪਿਛਲੇ ਸਾਲ ਲਾਈਆਂ ਸਨ, ਕੋਈ ਮੁੱਕੀਆਂ ਸਨ। ਇਹ ਭਿੰਡੀਆਂ ਲਾ ਛੜਾਂਗੇ, ਨਾਲੋਂ ਪੱਕਣ ਦੀਆਂ ਤੇ ਤੋੜ ਲਾਂਗੇ। ਪੱਕੀਆਂ ਹੀ ਨੇ ਹੁਣ, ਹਰੀਆਂ ਤੇ ਉਂਝ ਖਲੋ ਰਹੀਆਂ ਨੇ, ਪਾਣੀ ਚੋਂ ਲੱਗਦਾ। ਐ ਬਹੁਤ ਪੈਲੀ ਮੰਨਦੀ ਏ ਇਹਨਾਂ ਨੂੰ ਸਬਜ਼ੀ। ਇਸ ਨੂੰ ਇੱਥੋਂ ਖਰਬੂਜ਼ੇ ਵੀ ਖਾਧੇ ਨੇ, ਭਿੰਡੀ ਵੀ ਖਾਧੀ ਏ ਰਾਜ। ਸਾਡਾ ਜਿਹੜਾ ਕੱਪੜੇ ਧੋਂਦੇ ਹੋ ਜਾ, ਇਹ ਪਾਣੀ ਜ਼ਾਇਆ ਹੀ ਜਾਂਦਾ ਨਾ ਉਸ ਤਰ੍ਹਾਂ। ਹਾਂ ਇੱਥੇ ਸਭ ਪਾਣੀ ਤੇ ਆਪਣਾ ਇੱਥੇ ਸਬਜ਼ੀ ਹੋ ਜਾਂਦੀ, ਨਹੀਂ ਉਂਝ ਵੀ ਟੂਟੀ ਚਲਾ ਕੇ ਵੀ ਪਾ ਲਈਦਾ। ਪਰ ਵੇਖੋ ਤੁਸੀਂ ਇਹ ਬੀਜ ਬਹੁਤ ਵਧੀਆ, ਬੜੀ ਭਿੰਡੀ ਇਹਨੂੰ ਲੱਗਦੀ ਹੈ। ਉਹ ਬਾਜਰੇ ਦੀ ਬੀਜ ਦੀ ਥੈਲੀ ਇਹਨੂੰ ਇੱਧਰ ਰੱਖਣੇ ਆ, ਬਾਜਰਾ ਵੀ ਇਸੇ ਤਰ੍ਹਾਂ ਹੀ ਹੋਵੇ ਦਾ। ਇਹ ਹੁਣ ਜੇ ਬਹੁਤਾ ਨਹੀਂ ਤੇ ਘੱਟ, 2 ਕਿਲੋ ਬੀਜ ਹੈ ਭਿੰਡੀ ਦਾ, ਕੰਡ ਤੇ ਲੜੀ ਹੋਈ ਦੀ ਤੁਹਾਨੂੰ।
ਤੇ ਵੇਖੋ ਤੁਸੀਂ ਹੁਣ ਇਹ ਜਿਹੜੀ ਸਪਰੇਅ ਕਰਵਾਈ ਸਾਜੇ ਨਾ ਲੈਂਦਾ ਲੋਬੀਆ ਨਾਲ ਹੈ ਫਲੀਆਂ, ਅੱਜ ਤੇ ਹੁਣ ਇਹ ਲੋਬੀਆ ਨਹੀਂ ਪਕਾਵਾਂਗੇ, ਕੱਲ ਨੂੰ ਪਕਾਵਾਂਗੇ ਤੋੜ ਕੇ, ਕੱਲ ਨੂੰ ਤੋੜਾਂਗੇ ਨਾ ਜੀ। ਤੇ ਫੇਰ ਆਹ ਹੁਣ ਉੱਤੇ ਕਿਸ ਤਰ੍ਹਾਂ ਵਾਲ ਉਤਲੇ ਜਗ੍ਹਾ ਤੇ ਪਈ ਹੈ ਤੇ ਲੋਬੀਆ ਹੀ ਲੋਬੀਆ ਹੋ ਗਿਆ ਨਾਲ। ਨਹੀਂ ਨਹੀਂ ਇਹ ਸਹੀ ਨੂੰ ਆ ਵੀ ਸਹੀ ਹੈ, ਚੰਗਾ ਉੱਚੀਆਂ ਰਹਿੰਦੀਆਂ ਨੇ, ਜਰਾ ਵੱਲਾਂ ਉੱਚੀਆਂ ਰਹਿਣ ਨਾ ਫਿਰ ਜ਼ਿਆਦਾ ਲੱਗਦਾ, ਹਵਾ ਫਿਰ ਜਾਂਦੀ ਹੈ ਨਾ। ਤੁਸੀਂ ਹੁਣ ਇੱਕ ਕੰਮ ਹੋਰ ਕਰੋ, ਪੱਲੀਆਂ ਚੁੱਕ ਲਿਆਓ ਤੇ ਉਹਨਾਂ ਮਜ਼ਦੂਰਾਂ ਨੂੰ ਵੇਖ ਲਓ ਜਿੱਦਣ ਮੂੰਗੀ ਇਕੱਠੀ ਕਰਾਉਣੀ। ਆਹੋ ਮੌਸਮ ਦਾ ਕੋਈ ਪਤਾ ਤੇ ਕੱਲ ਨੂੰ ਇਹਨਾਂ ਨੂੰ ਅੱਜ ਸ਼ਾਮੀ ਸਲਾਹ ਦੇ ਦੇਣੀ ਹੈ ਕਿ ਕੱਲ ਨੂੰ 10 ਕੁ ਵਜੇ ਜਿਹੜਾ ਨਾ ਇਕੱਠੀ ਕਰ ਦਿਓ। ਸਹੀ ਵਾਹ ਵਾਹ ਧੁੱਪੇ ਏਡੀ ਘੱਟ ਨੇ, 2-3 ਵਜੇ ਲਾ ਕੇ ਤੇ ਚਲੋ ਜੀ ਲਾ ਕੇ, ਵੀ ਫਿਕਰ ਮੁੱਕਿਆ ਆਪਣਾ, ਆਇਆ ਮੌਸਮ ਵਗਾ ਅਗਲੀ ਫਸਲ ਦਾ। ਇਹ ਪੌਦੇ ਜੀ ਪਿੰਡੀਆਂ ਦੇ ਅਸੀਂ ਛੱਡ ਦਿਆਂਗੇ, ਖੜੇ ਰਹਿਣਗੇ ਇੱਕ ਸਾਈਡ ਤੇ, ਇਹਨਾਂ ਨਾਲ ਪਿੰਡੀ ਵੇਖੋ ਕਿੱਡੀ ਕਿੱਡੀ ਹੋਈ ਹੈ, ਇਹ ਤੋੜ ਕੇ ਸੁੱਟ ਦੇਣੇ ਆ, ਸਫਾਈ ਹੋ ਜਾਏਗੀ ਤੇ ਫਿਰ ਜਿਹੜਾ ਨਾ ਜਿਹੜੀਆਂ ਛੋਟੀਆਂ ਭਿੰਡੀਆਂ ਲੱਗ ਜਾਣੀਆਂ, ਕਿਤੇ ਦਿਲ ਕਰ ਪਵੇ ਬੰਦਾ ਪਕਾ ਲੈਂਦਾ। ਤੇ ਇਹ ਵੇਖੋ ਉਸ ਤਰ੍ਹਾਂ ਕੀ ਹਾਲ ਹੈ, ਇਹ ਬੀਜ ਤੇ ਬੀਜ ਹੀ ਬਹੁਤ ਟਾਪ ਦਾ ਜਿਹੜਾ ਆਪਣਾ ਘਰ ਵਾਲਾ ਹਾਂਜੀ, ਇਹ ਵੇਖੋ ਇੱਕ 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 ਜਗ੍ਹਾ ਤੇ 3-3, 4-4 ਭਿੰਡੀਆਂ, ਸਫਾਈ ਕਰ ਦਿਓ ਸਾਰੀ। ਦਾਤਰੀ ਨਾਲ ਵੜੀਆਂ ਸਨ, ਉਸ ਤਰ੍ਹਾਂ ਵੜੀਆਂ ਸਨ ਨਾ ਛੁਰੀ, ਉੱਥੇ ਦੋਵੇਂ ਤਿੰਨੇ ਵੱਢ ਦਿਓ। ਹਾਂਜੀ ਉਹ ਉਰਲਾ ਉਰਲਾ ਪੌਦਾ ਵੀ ਸਾਫ਼ ਕਰਵਾਇਆ ਜਿਹੜਾ, ਸਭ ਸਫਾਈ ਕਰ ਦਿਓ ਜੀ। ਜਿਹੜੀ ਭਿੰਡੀ ਇਹਦੇ ਵਿੱਚ ਇੰਨਾ ਨਾ ਲੰਮੀ ਉਂਝ ਵੀ ਇੰਨੇ ਜ਼ਿਆਦਾ ਨਹੀਂ ਉਹ ਹੁੰਦੀ, ਨਹੀਂ ਤਾਂ ਲੇਸ ਕਈਆਂ ਹਾਂਜੀ ਹਾਂਜੀ ਬੀਜ ਵੀ ਨਵੇਂ ਨਵੇਂ ਆਏ ਨਾ ਹੁਣ। ਇਹ ਵੇਖੋ ਜੀ ਇਹ ਬੇਗਮ ਸਾਹਿਬਾ ਨੇ ਇੱਥੇ ਗਿਟਕਾਂ ਲਾਈਆਂ ਸਨ ਅਤੇ ਕਿਵੇਂ ਅੰਬਾਂ ਦੇ ਪੌਦੇ 2 ਚੱਲ ਗਏ ਨੇ, ਇਹ ਇਨਸ਼ਾਅੱਲਾ ਅਗਲੇ ਸਾਲ ਜਿਹੜਾ ਪਿਉਂਦ ਕਰਨ ਦੇ ਕਾਬਲ ਹੋ ਜਾਣੇ ਨੇ, ਇੱਥੇ ਹੀ ਇਹਨਾਂ ਨੂੰ ਪਿਉਂਦ ਕਰਾਂਗੇ, ਇੱਥੇ ਹੀ ਪੌਦਾ ਕਾਮਯਾਬ। ਹਾਂਜੀ ਸਰਦੀ ਵਿੱਚ ਇਹਦੀ ਹਿਫਾਜ਼ਤ ਕਰਨੀ ਪੈਣੀ ਹੈ, ਉਹ ਰਹਿਣ ਦਿਓ ਜੀ। ਹਾਂਜੀ ਉਹ ਰਹਿਣ ਦਿਓ,